ਸੋਹਣੀਆਂ ਖੂਬਸੂਰਤ ਆਪਾਂ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਵਾਦੀਆਂ ਦੇ ਵਿੱਚ ਵਸੀ ਹੋਈ, ਅਤੇ ਇਹ ਹੈ ਹਜ਼ਾਰਾਂ ਸਾਲ ਪੁਰਾਣੀ ਮੋਨੇਸਟਰੀ, ਉਸ ਦਾ ਮੇਨ ਗੇਟ ਆ। ਹਾਂਜੀ, ਅਸੀਂ ਹੁਣ ਆਪਣੀ ਹੋਮ ਸਟੇਅ ਦੇ ਵਿੱਚੋਂ ਹੀ ਨਾਸ਼ਤਾ ਕਰਕੇ ਹੁਣ ਚੱਲੇ ਹਾਂ ਕੀ ਮੋਨੇਸਟਰੀ ਦੇਖਣ ਲਈ। ਕੀ ਮੋਨੇਸਟਰੀ ਜਿੱਥੇ ਅਸੀਂ ਰੁਕੇ ਹਾਂ ਕਾਜਾ ਤੋਂ ਹੈਗੀ ਆ ਤਕਰੀਬਨ 10 ਕਿਲੋਮੀਟਰ ਦੇ ਫਰਕ 'ਤੇ, ਹਿੱਲ ਏਰੀਆ ਤੁਸੀਂ ਦੇਖ ਹੀ ਰਹੇ ਹੋ, ਇੱਦਾਂ ਪਹਾੜ ਲਗਾਤਾਰ ਆਪਾਂ ਉੱਪਰ ਨੂੰ ਚੜ੍ਹਦੇ ਹਾਂ। ਰਸਤਾ ਬਹੁਤ ਸੰਕਰਾ ਕਹਿ ਸਕਦੇ ਹਾਂ ਆਪਾਂ, ਤੰਗ ਆ, ਬਟ ਥੋੜ੍ਹਾ ਜਿਹਾ ਧਿਆਨ ਨਾਲ ਅਤੇ ਸਲੋਅ ਚੱਲੋ, ਅਤੇ ਜਿਹੜੀ ਗੱਡੀ ਉੱਪਰ ਨੂੰ ਆ ਰਹੀ ਆ ਉਸਨੂੰ ਹਮੇਸ਼ਾ ਪ੍ਰੈਫਰੈਂਸ ਦਿਓ ਚੜ੍ਹਾਈ ਚੜ੍ਹਨ ਦੇ ਲਈ, ਅਤੇ ਜਿੱਥੇ ਤੁਹਾਨੂੰ ਮੌਕਾ ਮਿਲਦਾ। ਤਾਂ ਸਾਹਮਣੇ ਆ ਤੁਸੀਂ ਗੱਡੀ ਦੇਖ ਰਹੇ ਹੋ, ਆਪਣੀ ਗੱਡੀ ਉੱਥੋਂ ਹੀ ਸਾਈਡ ਸੂਟ 'ਤੇ ਕਰਕੇ ਕਿਤੇ ਰੋਕ ਲਓ ਜਿੱਥੇ ਤੁਹਾਨੂੰ ਸਪੇਸ ਮਿਲਦੀ ਆ, ਕਿਉਂਕਿ ਅੱਗੇ ਜਾ ਕੇ ਹੋਰ ਨਾ ਪਤਾ ਨਹੀਂ ਤੁਹਾਨੂੰ ਗੱਡੀ ਬੈਕ ਕਰਨੀ ਪੈ ਜਾਵੇ ਕਿਉਂਕਿ ਜਗ੍ਹਾ ਤੰਗ ਕਰਕੇ, ਹੈ ਨਾ। ਉਹ ਚੀਜ਼ ਦਾ ਜ਼ਰੂਰ ਧਿਆਨ ਰੱਖੋ। ਇਹ ਕਾਜਾ ਤੋਂ ਜਦੋਂ ਤੁਸੀਂ ਜਾਓਗੇ 10 ਕਿਲੋਮੀਟਰ ਆ ਇਹ ਮੋਨੇਸਟਰੀ, ਕਾਫੀ ਪੁਰਾਣੀ ਮੋਨੇਸਟਰੀ ਆ, ਤਕਰੀਬਨ ਜਿੱਦਾਂ ਕਿ ਪਤਾ ਕੀਤਾ ਸੀ ਵੀ 1000 ਸਾਲ ਦੇ ਤੋਂ ਪੁਰਾਣੀ ਆ ਇਹ ਮੋਨੇਸਟਰੀ, ਤਕਰੀਬਨ ਜਿੰਨੀਆਂ ਵੀ ਇੱਥੇ ਮੋਨੇਸਟਰੀਆਂ ਇੰਨੀਆਂ ਹੀ ਪੁਰਾਣੀਆਂ ਨੇ। ਅਤੇ ਇੱਥੇ ਥੋੜ੍ਹੇ ਥੋੜ੍ਹੇ ਫਰਕ 'ਤੇ, ਜਾਣੀ ਕਿ 5-7 ਕਿਲੋਮੀਟਰ ਦੇ ਫਰਕ 'ਤੇ ਤੁਹਾਨੂੰ ਪਿੰਡ ਮਿਲਣਗੇ, ਪਹਾੜੀ ਪਿੰਡ ਜਿਹੜੇ ਕਾਜਾ ਦੇ ਵਿੱਚ ਵਸੇ ਹੋਏ ਨੇ। ਅਤੇ ਰੱਬ ਨਾ ਕਰੇ ਕਿਸੇ ਨੂੰ ਕੋਈ 19 ਪ੍ਰੋਬਲਮ ਆਉਂਦੀ ਆ, ਤੁਸੀਂ ਬੇਝਿਜਕ ਹੋ ਕੇ ਕਿਸੇ ਦੇ ਵੀ ਘਰ ਤੋਂ ਅਤੇ ਕਿਸੇ ਤੋਂ ਵੀ ਕੋਈ ਵੀ ਹੈਲਪ ਲੈ ਸਕਦੇ ਹੋ। ਬਹੁਤ ਜ਼ਿਆਦਾ ਹੈਲਪਫੁੱਲ ਲੋਕ ਨੇ ਇੱਥੋਂ ਦੇ, ਕੋਈ ਇੰਨੀ ਡਰਨ ਦੀ ਲੋੜ ਨਹੀਂ ਅਤੇ ਵੀ ਯਾਰ ਆਹ ਸਿਚੁਏਸ਼ਨ ਆ ਕੇ ਕੀ ਕਰਾਂਗੇ। ਹਾਂ, ਇੱਕ ਗੱਲ ਜ਼ਰੂਰ ਆ, ਕਾਜਾ ਦੇ ਵਿੱਚ ਪੈਟਰੋਲ ਪੰਪ ਸਿਰਫ 1 ਆ, ਅਤੇ ਉਸ ਤੋਂ ਬਾਅਦ ਜਾਂ ਫਿਰ ਨਾਕੋ ਦੇ ਵਿੱਚ ਤੁਹਾਨੂੰ ਪੰਪ ਮਿਲੇਗਾ, ਅਤੇ ਹੁਣ ਉਹ ਜਿਹੜਾ ਤਕਰੀਬਨ ਹੈਗਾ 250 ਜਾਂ 220 ਕਿਲੋਮੀਟਰ ਦਾ ਰਸਤਾ, ਉਹਦੇ ਵਿੱਚ ਕੋਈ ਪੈਟਰੋਲ ਪੰਪ ਨਹੀਂ। ਤੁਸੀਂ ਜਾਂ ਤਾਂ ਇਹ ਤਾਂ ਬਾਈਕ 'ਤੇ ਉਹਦਾ ਕੈਰੀ ਕਰਕੇ ਚੱਲੋ, ਜਾਂ ਆਪਦਾ ਤੇਲ ਉਸ ਹਿਸਾਬ ਨਾਲ ਗੱਡੀ ਦੇ ਬਾਈਕ ਦੇ ਵਿੱਚ ਫੁੱਲ ਕਰਵਾ ਕੇ ਚੱਲੋ। ਅਤੇ ਆਹ ਛੋਟੇ ਛੋਟੇ ਪਿੰਡ ਵਸੇ ਹੋਏ ਨੇ ਇੱਥੇ, ਅਤੇ ਆਹ ਨਦੀ ਆ ਜਿਹੜੀ ਕਿ ਹੁਣ ਸੁੱਕ ਚੁੱਕੀ ਆ ਕਿਉਂਕਿ ਹੁਣ ਸਮਰ ਸੀਜ਼ਨ ਆ, ਅਤੇ ਜਦੋਂ ਆਪਣੇ ਵਿੰਟਰ ਹੁੰਦੀ ਆ ਜਾਂ ਸਰਦੀਆਂ ਹੁੰਦੀਆਂ ਤਾਂ ਆਹ ਨਦੀ ਦੇ ਵਿੱਚ ਬਰਫ਼ ਦੀ ਇੱਕ ਲੇਪ ਬਣੀ ਹੁੰਦੀ ਹੈ 3-4 ਫੁੱਟ ਦੀ ਤਕਰੀਬਨ, ਜਿਹਨੂੰ ਤੁਸੀਂ ਇੱਕ ਸਾਈਡ ਤੋਂ ਦੂਜੀ ਸਾਈਡ ਨਦੀ ਨੂੰ ਕ੍ਰੋਸ ਕਰ ਸਕਦੇ ਹੋ ਬਰਫ਼ ਦੇ ਉੱਪਰ ਦੀ ਚੱਲ ਕੇ। ਅਤੇ ਬਾਕੀ ਤੁਹਾਨੂੰ ਕੀ ਮੋਨੇਸਟਰੀ ਦਿਖਾਉਂਦੇ ਆ, ਅਤੇ ਹੋਰ ਵੀ ਜਿੱਦਾਂ ਇਨਫੋਰਮੇਸ਼ਨ ਨਾਲ ਕੋਈ ਦੱਸਣ ਵਾਲੀ ਹੋਈ ਤਾਂ ਜ਼ਰੂਰ ਦੱਸਾਂਗੇ। ਇੱਧਰ ਇੰਟਰਨੈਟ ਕੰਮ ਨਹੀਂ ਕਰਦਾ ਜਦੋਂ ਤੁਸੀਂ ਕਾਜਾ ਤੋਂ ਨਿਕਲ ਜਾਂਦੇ ਹੋ, ਕਾਜਾ ਤੱਕ ਇੰਟਰਨੈਟ ਬਹੁਤ ਵਧੀਆ ਚੱਲਦਾ ਵਾ, ਸੋ ਇਸ ਚੀਜ਼ ਦਾ ਧਿਆਨ ਰੱਖੋ। ਜਾਂ ਤਾਂ ਆਫਲਾਈਨ ਮੈਪ ਡਾਊਨਲੋਡ ਕਰਕੇ ਰੱਖੋ, ਜਾਂ ਫਿਰ ਆਪਾਂ ਨੂੰ ਤੁਹਾਨੂੰ ਕੋਈ ਵੀ ਲੋਕਲ ਬੰਦਾ ਮਿਲਦਾ ਉਸ ਤੋਂ ਰਸਤਾ ਕਨਫਰਮ ਕਰਦੇ ਚੱਲੇ ਚਲੋ, ਕਿਉਂਕਿ ਕਈ ਰਸਤੇ ਪਾੜਦੇ ਨੇ ਪਹਾੜੀ ਪਿੰਡ ਕਰਕੇ, ਕੋਈ ਛੋਟੇ ਛੋਟੇ ਪਿੰਡਾਂ ਨੂੰ ਜਾਂਦੇ ਨੇ, ਤੁਸੀਂ ਕਨਫਿਊਜ਼ ਨਾ ਹੋ ਜਾਓ। ਤਾਂ ਇਹ ਤੋਂ ਚੰਗਾ ਇਹੀ ਆ ਕਿ ਤੁਸੀਂ ਜਾਂ ਗੂਗਲ ਆਫਲਾਈਨ ਮੈਪ ਡਾਊਨਲੋਡ ਕਰੋ, ਜਾਂ ਫਿਰ ਜੇਕਰ ਤੁਹਾਨੂੰ ਕੋਈ ਰਸਤੇ ਦੇ ਵਿੱਚ ਰਾਹਗੀਰ ਮਿਲਦਾ ਜੋ ਮੋਸਟਲੀ ਮਿਲੀ ਜਾਂਦੇ ਨੇ, ਤਾਂ ਉਹਨਾਂ ਤੋਂ ਕਨਫਰਮ ਕਰ ਲਓ। ਇਹ ਕੀ ਪਿੰਡ ਦਾ ਗੇਟ ਆ ਗਿਆ ਜੀ, ਮੇਨ ਗੇਟ ਕੀ ਪਿੰਡ ਦਾ, ਅਤੇ ਇੱਥੋਂ ਕੀ ਮੋਨੇਸਟਰੀ ਜਾਂਦੀ ਇਹਦੇ 2 ਕਿਲੋਮੀਟਰ, ਅਤੇ ਸਾਹਮਣੇ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ, ਇੱਥੋਂ ਤਾਂ ਕੈਮਰੇ ਦੇ ਵਿੱਚ ਇੰਨਾ ਕਲੀਅਰ ਨਹੀਂ ਹੋਣਾ, ਤੁਹਾਨੂੰ ਪੁਰਾਣਾ ਕੀ ਪਿੰਡ ਦਿਖਾਵਾਂਗੇ। ਇਹ ਤਾਂ ਜਿਹੜਾ ਨਵਾਂ ਵਸਿਆ ਹੋਇਆ ਵਾ ਕੀ ਪਿੰਡ ਉਹ ਆ, ਅਤੇ ਇਸ ਤੋਂ ਬਾਅਦ ਉੱਪਰ ਹਾਈਟ ਦੇ ਉੱਪਰ ਜੋ ਪੁਰਾਣੇ ਘਰ ਹਜੇ ਵੀ ਮੌਜੂਦ ਨੇ ਜਿਹੜੇ 1000 ਸਾਲ ਪੁਰਾਣੇ ਨੇ ਕੀ ਪਿੰਡ ਦੇ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਇਹ ਕੀ ਪਿੰਡ ਹੈ ਜੀ, ਉਹ ਪੁਰਾਣਾ ਕੀ ਪਿੰਡ ਜਿਹੜਾ 1000 ਸਾਲ ਪੁਰਾਣਾ ਹੈ, ਅਤੇ ਪੁਰਾਣੇ ਘਰ ਨੇ ਉੱਤੇ ਹਾਈਟ 'ਤੇ ਨੇ, ਦੇਖਦੇ ਹਾਂ ਕੋਸ਼ਿਸ਼ ਕਰਦੇ ਹਾਂ ਜੇ ਕੋਈ ਰਾਹ ਮਿਲ ਗਿਆ ਤਾਂ ਤੁਹਾਨੂੰ ਉਹ ਵੀ ਦਿਖਾਉਂਦੇ ਨੇ। ਅਤੇ ਇਹ ਪੁਰਾਣੇ ਘਰ ਨੇ ਜਿਹੜੇ ਅੱਜ ਤੋਂ 1000 ਸਾਲ ਪਹਿਲਾਂ ਇੱਥੇ ਬਣੇ ਹੋਏ ਨੇ, ਜਿਵੇਂ ਰਾਜੇ ਮਹਾਰਾਜਿਆਂ ਦੇ ਟਾਈਮ ਦੇ ਵਿੱਚ, ਅਤੇ ਇਹ ਉਹ ਪਿੰਡ ਦੇ ਪੁਰਾਣੇ ਘਰ ਨੇ। ਇਹ ਕੀ ਮੋਨੇਸਟਰੀ ਦਾ ਗੇਟ ਆ ਗਿਆ ਜੀ, ਅਤੇ ਇੱਥੋਂ 1 ਕਿਲੋਮੀਟਰ ਰਹਿ ਜਾਂਦੀ ਹੈ ਕੀ ਪਿੰਡ ਤੋਂ, 2 ਕਿਲੋਮੀਟਰ 'ਤੇ ਹੈਗੀ ਕੀ ਮੋਨੇਸਟਰੀ, ਅਤੇ ਗੇਟ ਤੋਂ ਰਹਿ ਜਾਂਦੀ ਹੈ 1 ਕਿਲੋਮੀਟਰ 'ਤੇ ਕੀ ਮੋਨੇਸਟਰੀ। ਮੈਂ ਥੋੜ੍ਹੇ ਡਿਟੇਲ ਦੇ ਵਿੱਚ ਤਾਂ ਦੱਸ ਰਿਹਾ ਕਿਉਂਕਿ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਜਿਹੜੀ ਅਸੀਂ ਪਾਈ ਸੀ ਮੰਮੀ ਬਾਰੇ, ਉਹਦੇ ਵਿੱਚ ਮੋਸਟਲੀ ਬਹੁਤ ਸਾਰੇ ਲੋਕਾਂ ਦੇ ਇਹੀ ਕੁਐਰੀ ਆਈ ਸੀ ਕਿ ਭਾਅ ਜੀ ਤੁਸੀਂ ਸਾਨੂੰ ਲੋਕੇਸ਼ਨ ਅਤੇ ਐਡਰੈਸ ਪ੍ਰੋਪਰ ਦੱਸੋ। ਉਹ ਮੈਂ ਰਫਲੀ ਜਿਹਾ ਤੁਹਾਨੂੰ ਦੱਸਤਾ ਸੀ ਵੀ ਇੱਦਾਂ ਕਰਕੇ, ਅਤੇ ਇਹ ਹੁਣ ਮੈਂ ਤੁਸੀਂ ਤੁਹਾਨੂੰ ਤਾਂ ਪ੍ਰੋਪਰ ਦੱਸ ਰਿਹਾ ਵੀ ਜੇ ਤੁਸੀਂ ਇੱਧਰ ਆਓ ਤਾਂ ਤੁਹਾਨੂੰ ਇੱਦਾਂ ਦਾ ਇੱਥੋਂ ਦੀ ਆਉਣਾ ਪੈਣਾ। ਲਓ ਜੀ, ਕਾਜਾ ਤੋਂ ਚੱਲਣ ਤੋਂ ਤਕਰੀਬਨ 1 ਘੰਟੇ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਕੀ ਮੋਨੇਸਟਰੀ ਦੇ ਮੇਨ ਗੇਟ 'ਤੇ। ਅੰਦਰ ਜਾ ਕੇ ਤੁਹਾਨੂੰ ਕੀ ਮੋਨੇਸਟਰੀ ਦਿਖਾਉਂਦੇ ਹਾਂ। ਇਹ ਜਿਹੜਾ ਤੁਸੀਂ ਸਾਰੇ ਆਹ ਘਰ ਵਗੈਰਾ ਦੇਖ ਰਹੇ ਹੋ 1000 ਸਾਲ ਪੁਰਾਣੇ ਨੇ, ਪਹਿਲੀਆਂ ਜਦੋਂ ਰਾਜੇ ਮਹਾਰਾਜਿਆਂ ਦਾ ਟਾਈਮ ਹੁੰਦਾ ਸੀ ਉਹ ਟਾਈਮ ਦੇ ਇਹ ਘਰ ਬਣੇ ਹੋਏ ਨੇ, ਅਤੇ ਤੁਹਾਨੂੰ ਉਹ ਵੀ ਦਿਖਾਉਂਦੇ ਆ ਉੱਪਰ ਜਾ ਕੇ। ਦੇਖੋ ਜੀ, ਇਹ ਪਹਾੜਾਂ ਦੇ ਵਿੱਚ ਕਿੰਨਾ ਦੂਰ ਦਰਾਰ ਦਾ ਇਲਾਕਾ ਜਿੱਥੇ ਅਸੀਂ ਹੁਣ ਪਹੁੰਚੇ ਹਾਂ, ਅਤੇ ਇੱਥੇ ਵੀ ਗੌਰਮੈਂਟ ਨੇ ਸਰਕਾਰੀ ਸਕੂਲ ਬਣਾਇਆ ਹੋਇਆ, ਅਤੇ ਉੱਪਰ ਜਾ ਕੇ ਮੈਂ ਤੁਹਾਨੂੰ ਹੋਰ ਦਿਖਾਉਣਾ ਵਾ, ਅਤੇ ਉੱਪਰ ਇਹਨਾਂ ਨੇ ਇੱਥੇ ਡਾਕਘਰ ਵੀ ਬਣਾਇਆ ਹੋਇਆ। ਬਹੁਤ ਸੋਹਣੀਆਂ ਖੂਬਸੂਰਤ ਆਪਾਂ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਵਾਦੀਆਂ ਦੇ ਵਿੱਚ ਵਸੀ ਹੋਈ, ਅਤੇ ਇਹ ਹੈ 1000 ਸਾਲ ਪੁਰਾਣੀ ਮੋਨੇਸਟਰੀ, ਉਸ ਦਾ ਮੇਨ ਗੇਟ ਆ। ਇਹ ਕਿੰਨੇ ਸਾਲ ਪੁਰਾਣਾ ਹੋ ਗਿਆ ਇਹ ਆਪਣੇ ਮਾਮਾ?
ये देखो ना जो नीचे ओल्ड टेम्पल्स लिखे हुए हैं ना, हाँ जी, ये बहुत पुराने हैं, ओके, लगभग 1000 साल पुराने वाले, ओके, 10th और 11th century के अंतराल में बने हुए हैं। जो ऊपर दो फ्लोर दिखेंगे, हाँ जी, 14th century की है, 14th century, ओके ओके। पहले 11th century में ये टेम्पल कहीं और था ना, हाँ जी हाँ जी, तो वहाँ किसी कारण अटैक हुए थे, हाँ जी, फिर डिस्ट्रॉय होने के बाद फिर इस मंदिर के ऊपर इन दिनों को भी बनाया गया 14th century में, ओके ओके, 14th century में बने। और ये जो न्यू प्रेयर हॉल, ये न्यू प्रेयर हॉल है, ये लगभग अभी 21 साल हो चुके हैं बनके, ठीक है जी। और आप फिर इधर ही सारा साल इधर रहते हो, जब स्नो हो जाती है बहुत ज़्यादा बर्फ, फिर यहीं पर, ओके, जो अपने खाने वाने की स्टोरेज फिर इधर हो जाती है सारा, वो पहले कर लेते हैं बस, नवंबर के महीने में स्टोर हो जाता है, ओके, आजकल जैसे इतना बर्फ नहीं गिरता है, हाँ जी, पहले गिरते थे, ओके। आपने तो जहाँ पे बहुत ज्यादा बर्फ देखी होगी पहले समय में, अभी तो बता रहे हैं ना कि बहुत कम है पहले के, हाँ जी, हाँ जी, अब तो बहुत साल हो गए, ठीक है। तो कभी फिर यहाँ से नीचे कहीं जाते हो अपने, हमारे एक टीचिंग होता है, क्लासेस होते हैं, हाँ जी, मोनेस्ट्री के अंदर असी जाए, अंदर घूमे आए, तो कई चीज़ां नवीं पता लगियां, अंदर कैमरा फोन या मोबाइल या इदा की कोई चीज़ डिवाइस अलाउड नहीं, क्योंकि बहुत पुरानी मोनेस्ट्री है, काफ़ी इज्जत देंगे ने उस चीज़ में, तो उसके कई चीज़ां पता लगियां सी, जिवें असीं लामा नूं भी अंदर मिले, तो उन्होंने सानूं चाह भी पिलाई अंदर, तो उन्होंने अंदर पहाड़ के खुदाई करके ही ये मोनेस्ट्री बनी हुई है, तो ये अंदर मैडीटेशन रूम बने हुए हैं, जिवें आपां कह दे ध्यान लाने वाले रूम, तो बहुत नेरा उन्होंने अंदर, तो उत्थे एक एक मौंक बहिंदा वा, तो दिन के जिथे उन्हें 3 to 4 hours बह के डेली ध्यान लगाना वा, तो इतने 190 to 195 मौंक ने जिड़े कि इतें ही रेंदे ने। तो फिर असी मैं उन्होंने तो पूछा भी मौंक बन का प्रोसीजर की हों, तो उन्होंने दसिया कि लामा जिन्हों आप कह दें कि लामा जिहड़ा घर के सब तो बड़ा बच्चा हों, बौद्धिज्म के जिहड़े फैमिलियां बौद्धिज्म फॉलो कर दें, इन्हों के घर के जिहड़ा सब तो बड़ा बच्चा पैदा होगा वह जिमीदार बनेगा, तो जिहड़ा सैकंड बच्चा पैदा होगा वह लामा बनेगा, तो लामा वो बच्चा लामा बनेगा, तो आपकी सारी जिंदगी फिर बौद्धिज्म बुद्ध के धर्म लिए अपने समर्पित कर दूगा। तो ये एक गल भी है कि जेकर वो बच्चा जिहड़ा लामा बनया सैकंड बच्चा लामा बनता वा, जेकर वो किसी कारण करके दोबारे गृहस्थी जीवन के आ जाता, क्योंकि जिहड़ा लामा बनता वह ब्याह घर बार उन्हें सब कुछ छड्डना पैंदा वा, वो ब्याह नहीं करवा सकता, तो जेकर वो बच्चा मैरिज करवा लेंदा जिहड़ा सैकंड बच्चा लामा बनता, तो वह बौद्धिज्म के लामा की कैटागरी के बाहर हो जाता, तो मुड़ के जिंदगी कदे भी वह लामा नहीं बन सकता। वीडियो जी मैं इतने ही एंड कर लगे, ये वीडियो से की मिनिस्ट्री के बारे कि काजा तो असं कि चले कि काजा तो राह ने की मिनिस्ट्री तक कि राह वा कि टाइम लगता कितों तुम टर्न लैनी है कि इतों का इतिहास आ जोड़े असी की पेंड आंड भी दिखाया वो बारे सारी वीडियो सी, तो यीडियो में मैं इतने एंड करता, तो जी अगे वाली लोकेशन तुम नैक्सट वीडियो जरूर देखो, वो भी नवी नवी लोकेशन नवे नवे पेंड वो बारे दसा, सो जुड़े रहो, धन्यवाद।